ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਵੇਰ ਦਾ ਟਾਈਮ ਹੈ ਅਤੇ ਆਪਣੀ ਜਿਵੇਂ ਡੇਲੀ ਰੂਟੀਨ ਹੁੰਦੀ ਹੈ, ਸਵੇਰੇ ਉੱਠਣਾ ਅਤੇ ਆਪਣਾ ਨਹਾਉਣਾ ਧੋਣਾ, ਬਾਣੀ ਪੜ੍ਹਨੀ, ਉਸ ਤੋਂ ਬਾਅਦ ਨਾਸ਼ਤੇ ਦੀ ਤਿਆਰੀ ਕਰਨੀ ਅਤੇ ਉਸ ਤੋਂ ਬਾਅਦ ਇਹ ਜਿਵੇਂ ਪੱਤੇ ਖਿਲਰੇ ਹੋਏ ਨੇ, ਝਾੜੂ ਲਗਾਉਣਾ, ਪੋਚਾ ਲਗਾਉਣਾ ਅੰਦਰ, ਅਤੇ ਆਪਣਾ ਕੱਪੜੇ ਧੋਣੇ, ਇਹ ਸਾਰਾ ਕੁਛ ਡੇਲੀ ਰੂਟੀਨ 'ਚ ਆ ਜਾਂਦਾ। ਅੱਜ ਅਸੀਂ ਜਿਹੜਾ ਕੁਛ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਐਕਸਟਰਾ ਵਰਕ ਹੈ, ਕੁਛ ਅਲੱਗ ਤੋਂ। ਉਹ ਕੰਮ ਨੇ ਵੀ ਜਿਹੜੇ ਰੋਜ਼ ਨਹੀਂ ਕੀਤੇ ਜਾਂਦੇ, ਜਿਨ੍ਹਾਂ ਨੂੰ ਆਪਾਂ ਕਦੇ ਕਦੇ ਕਰਦੇ ਹਾਂ, ਠੀਕ ਹੈ ਜੀ। ਅਤੇ ਹੁਣ ਸਵੇਰੇ ਸਵੇਰੇ ਨਾ ਮੱਛਰ ਬਹੁਤ ਹੁੰਦਾ ਅਤੇ ਮੱਝਾਂ ਫਿਰ ਬਹੁਤ ਜ਼ਿਆਦਾ ਟੱਪਦੀਆਂ ਨੇ ਜਦੋਂ ਉਹਨਾਂ ਦੀ ਤਾਰ ਕੱਢਦੇ ਹਾਂ। ਇਸ ਕਰਕੇ ਇਹ ਦੇਖੋ ਮੱਛਰਦਾਨੀ ਲੱਗੀ ਹੋਈ ਹੈ ਮੱਝਾਂ ਨੂੰ, ਅਤੇ ਅੰਦਰ ਹੀ ਇਹਨਾਂ ਨੂੰ ਪੱਖਾ ਲਗਾਇਆ ਹੋਇਆ, ਅਤੇ ਅੰਦਰ ਹੀ ਇਹਨਾਂ ਦੀ ਤਾਰ ਕੱਢਾਂਗੇ। ਇਹ ਮੱਛਰਦਾਨੀ ਕਰਕੇ ਮੈਨੂੰ ਲੱਗਦਾ ਕਲੀਅਰ ਨਹੀਂ ਆ ਰਹੇ, ਅਤੇ ਚਲੋ ਹੁਣ ਆਪਾਂ ਜਿਹੜਾ ਆਪਣਾ ਐਕਸਟਰਾ ਵਰਕ ਹੈ ਉਹਦੇ ਵੱਲ ਚੱਲਦੇ ਹਾਂ। ਇਹ ਦੇਖੋ ਜਿਹੜਾ ਆਪਣਾ ਐਕਸਟਰਾ ਵਰਕ ਹੈ ਸੇਵੀਆਂ ਬਣਾਉਣ ਦਾ, ਹੁਣ ਭਾਦੋਂ ਦਾ ਮਹੀਨਾ ਚੱਲ ਰਿਹਾ, ਇਹਦੇ ਵਿੱਚ ਮੇਲੇ ਲੱਗਦੇ ਨੇ ਅਤੇ ਪਿੰਡਾਂ ਵਿੱਚ ਸੇਵੀਆਂ ਬਣਾਈਆਂ ਜਾਂਦੀਆਂ ਨੇ। ਉਹਦੇ ਲਈ ਇਹ ਆਟੇ ਵਿੱਚੋਂ ਮੰਮੀ ਇਹ ਮੈਦਾ ਕੱਢ ਰਹੇ ਨੇ, ਅਤੇ ਇਹ ਜਿਹੜਾ ਵਿੱਚ ਛਾਣ ਛਬੂਰਾ ਰਹਿ ਜਾਂਦਾ ਉਹ ਸਾਈਡ 'ਤੇ ਕੱਢ ਲਿਆ। ਜਿਹੜਾ ਮੁੱਲ ਦਾ ਮੈਦਾ ਹੈ ਉਹ ਬਹੁਤ ਜ਼ਿਆਦਾ ਬਰੀਕ ਹੋ ਜਾਂਦਾ ਜਿਹੜਾ ਸਾਨੂੰ ਖਰਾਬ ਕਰਦਾ, ਪਰ ਇਹ ਘਰ ਦਾ ਮੈਦਾ ਬਹੁਤ ਵਧੀਆ ਰਹਿੰਦਾ ਸੇਵੀਆਂ ਲਈ। ਇਹ ਜਦੋਂ ਆਪਾਂ ਆਟੇ 'ਚੋਂ ਮੈਦਾ ਕੱਢਦੇ ਹਾਂ ਤਾਂ ਫਿਰ ਉਦੋਂ ਕਈ ਵਾਰ ਨੱਕ ਨੂੰ ਚੜ੍ਹਨ ਲੱਗ ਜਾਂਦਾ, ਛਿੱਕਾਂ ਵਗੈਰਾ ਵੀ ਲੱਗ ਜਾਂਦੀਆਂ, ਇਸ ਕਰਕੇ ਮੰਮੀ ਨੇ ਆਪਣਾ ਨੱਕ ਬੰਨਿਆ ਹੋਇਆ। ਬਸ ਇਹੀ ਪ੍ਰੋਸੈਸ ਹੈ, ਅਤੇ ਇਸ ਤਰ੍ਹਾਂ ਆਪਾਂ ਇਹ ਜਿਹੜਾ ਆਟਾ ਸਾਰਾ ਹੀ ਇਹਦਾ ਮੈਦਾ ਕੱਢ ਲਾਂਗੇ। ਇਹ ਮਸ਼ੀਨ ਹੈ ਜਿਹੜੀ ਸੇਵੀਆਂ ਵੱਟਣ ਵਾਲੀ, ਆਪਾਂ ਨੇ ਧੋ ਕੇ ਸੁਕਾ ਲਈ ਅਤੇ ਹੁਣ ਇਹਨੂੰ ਮੰਮੀ ਜੜ ਰਹੇ ਨੇ। ਇਹ ਹੁਣ ਇਹਨੂੰ ਮੰਜੇ ਨਾਲ ਸੈੱਟ ਕਰਕੇ ਬੰਨ ਦੇਣਗੇ। ਇਹ ਦੇਖੋ ਆਪਾਂ ਇੱਕ ਨੀਚੇ ਮੰਜਾ ਡਾ ਲਿਆ, ਇਹਦੇ ਉੱਪਰ ਇੱਕ ਮੰਜਾ ਉੱਪਰ ਪਲਟਾ ਲਿਆ, ਅਤੇ ਹੁਣ ਇਹ ਚਾਦਰ ਵਿਛਾ ਰਹੇ ਹਾਂ। ਇਹਦੇ 'ਤੇ ਆਪਾਂ ਜਿਹੜੀਆਂ ਸੇਵੀਆਂ ਬਣਾਵਾਂਗੇ ਉਹ ਸੁੱਕੜੀਆਂ ਪਾਵਾਂਗੇ। ਇਹਦੇ ਉੱਪਰ ਧਾਗਾ ਰੱਸੀ ਕੁਛ ਬੰਨਣਗੇ ਮੰਮੀ, ਉਹ ਵੀ ਉਹਨਾਂ ਨੇ ਧੋ ਕੇ ਸੁੱਕਣਾ ਪਾਇਆ ਹੋਇਆ। ਸਾਡੇ ਪਿੰਡ ਦਾ ਵੀ ਮੇਲਾ ਆਉਣ ਵਾਲਾ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਜੇ ਹੋ ਸਕੀ। Thank you.
ਅੱਜ ਬਹੁਤ ਧੁੱਪ ਹੈ, ਧੁੱਪ ਦੇ ਵਿੱਚ ਜਿਹੜੀਆਂ ਸੇਵੀਆਂ ਨੇ ਇਹ ਬਹੁਤ ਚੰਗੀ ਤਰ੍ਹਾਂ ਸੁੱਕਦੀਆਂ ਨੇ ਅਤੇ ਇਹਨਾਂ ਨੂੰ ਧੁੱਪ ਦੇ ਵਿੱਚ ਹੀ ਸੁਕਾਉਣਾ ਪੈਂਦਾ ਵੱਟ ਕੇ। ਇਹ ਦੇਖੋ ਇਹ ਸਾਰੇ ਜਿਹੜਾ ਧਾਗਾ ਸੀ ਉਹ ਮੰਜੇ ਨੂੰ ਬੰਨਤਾ, ਹੁਣ ਆਪਾਂ ਇਹਦੇ ਉੱਪਰ ਸੇਵੀਆਂ ਵੱਟ ਵੱਟ ਕੇ ਸੁੱਕਣੀਆਂ ਪਾਵਾਂਗੇ। ਵਾਹਿਗੁਰੂ ਜੀ, ਇਹ ਸੇਵੀਆਂ ਦਾ ਆਟਾ ਗੁੰਨਣ ਲੱਗੇ ਨੇ ਮੰਮੀ ਅਤੇ ਇਹ ਮਸ਼ੀਨ ਫਿੱਟ ਕਰੀਏ ਅਤੇ ਗੇੜਾ ਦੇ ਕੇ ਦੀਦੀ ਚਲਾ ਚਲਾ ਕੇ ਸੇਵੀਆਂ ਕੱਢਣਗੇ। ਇਹ ਆਟਾ ਜਿਹੜਾ ਨਾਲ ਹੁੰਦੇ ਹੀ ਗੁੰਨਿਆ ਜਾਂਦਾ ਅਤੇ ਨਾਲੋਂ ਨਾਲ ਇਹਦੀਆਂ ਸੇਵੀਆਂ ਬਣਾਈਆਂ ਜਾਂਦੀਆਂ ਨੇ, ਇਹਨੂੰ ਪਹਿਲਾਂ ਗੁੰਨ ਕੇ ਰੱਖਣ ਦੀ ਲੋੜ ਨਹੀਂ ਪੈਂਦੀ। ਇਹ ਦੇਖੋ ਆਟਾ ਤਿਆਰ ਹੋ ਗਿਆ ਅਤੇ ਇਹ ਆਪਾਂ ਨੇ ਲਗਾ ਤਾ। ਇਹ ਆਟਾ ਨਾਲ ਹੁੰਦੇ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਗੁੰਨਿਆ ਜਾਂਦਾ, ਇਹਨੂੰ ਪਹਿਲਾਂ ਗੁੰਨ ਕੇ ਰੱਖਣ ਦੀ ਲੋੜ ਨਹੀਂ ਕਿਉਂਕਿ ਫਿਰ ਇਹ ਢਿੱਲਾ ਪੈ ਜਾਂਦਾ ਅਤੇ ਥੋੜ੍ਹਾ ਟਾਈਟ ਵੀ ਗੁੰਨਣਾ ਪੈਂਦਾ। ਵੈਸੇ ਸੇਵੀਆਂ ਮਿੱਟੀ ਦੇ ਘੜੇ 'ਤੇ ਵੀ ਵੱਟੀਆਂ ਜਾਂਦੀਆਂ ਨੇ ਪਰ ਅਸੀਂ ਮਸ਼ੀਨ ਦੀ ਵਰਤੋਂ ਕਰ ਰਹੇ ਹਾਂ। ਇਹ ਦੇਖੋ ਨੀਚੇ ਸੇਵੀਆਂ ਨੇ ਜਿਹੜੀਆਂ ਇਹ ਆਉਣੀਆਂ ਸ਼ੁਰੂ ਹੋ ਗਈਆਂ ਬਣ ਕੇ। ਇਹ ਸੇਵੀਆਂ ਇੱਕ ਜਣਾ ਨਹੀਂ ਵੱਟ ਸਕਦਾ, ਇਹ ਦੋ ਤਿੰਨ ਜਣਿਆਂ ਦਾ ਹੀ ਕੰਮ ਹੈ। ਅਤੇ ਸਰਦੀ ਦੇ ਵਿੱਚ ਸਾਨੂੰ ਜ਼ੁਕਾਮ ਹੋਇਆ ਹੋਵੇ ਅਤੇ ਆਪਾਂ ਇਹਨੂੰ ਘਿਓ ਦਾ ਤੜਕਾ ਲਾ ਕੇ ਇਹਦੇ ਵਿੱਚ ਲੌਂਗ ਇਲਾਇਚੀਆਂ ਪਾ ਕੇ ਬਣਾਈਏ ਤਾਂ ਮਤਲਬ ਕਿ ਉਹਦੇ ਨਾਲ ਸਾਨੂੰ ਰਿਲੀਫ ਮਿਲਦਾ ਜ਼ੁਕਾਮ ਤੋਂ। ਬਾਕੀ ਦੁੱਧ ਦੇ ਵਿੱਚ ਵੀ ਇਹ ਬਹੁਤ ਟੇਸਟੀ ਬਣਦੀਆਂ ਨੇ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਬਣਾ ਕੇ।
ये देखो मम्मी ने सुके आटे का हाथ लाया तो इन्हों तोड़िया तो हूँ जोड़ा ये मंजे पर तागा रस्सी जो भी है बनिया सी वो तो इन्हों पा देंगे बहुत धुप तिखी है तो ये एवें एवें दे मौसम के बहुत छेती सुकदियां ने सेवियां कदे भी इन्हों बदल तो बरसात के मौसम च नहीं बनाया जाता ये मम्मी ने आटा गुन्न के ढक के रखा हुआ लगो के क्योंकि इनू जे थोड़ी हवा लगती है फिर तो सिकड़ी आ जाती है जिदे नाल सेवियां वधिया नहीं बनदियां देखो किन्नियां सोहणियां एक सार लंबिया लंबिया सेवियां बन रही ने ये देखो इन्हें एवें करके सुखाया जाता है ਵਾਹਿਗੁਰੂ ਜੀ ਹੁਣ ਆਪਣੀਆਂ ਇਹ ਸਾਰੀਆਂ ਸੇਵੀਆਂ ਨੇ ਜਿਹੜੀਆਂ ਵੱਟੀਆਂ ਗਈਆਂ ਅਤੇ ਬਸ ਇਹ ਲਾਸਟ ਸੀ ਜਿਹੜਾ ਮੰਮੀ ਨੇ ਆਟਾ ਵਿੱਚ ਲਗਾ ਤਾ ਅਤੇ ਜਿਵੇਂ ਤੁਹਾਨੂੰ ਦਿਖਾਇਆ ये सारिया सेवियां मंजे पर इस तरीके नाल सुकनिया पातियां बस ये दो चार घंटे चंगी तरह सुक जाणगियां फिर आपां इन्हां नूं भुन्नांगे वाहिगुरू जी अपनियां सेवियां सारियां वट्टियां गईयां ये जिहड़ी मशीन है इहनूं पिंडां दे विच जिंदी भी कहिंदे ने ते चलो ठीक है जी अगली वीडियो च फिर मिलांगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।